ਤੈਨੂੰ ਪੈਸੇ ਆ ਗਏ ਨਾ ਪੈਸੇ ਉੱਥੇ ਨਹੀਂ ਆਪਾਂ ਸਾਰਾ ਸਮਾਨ ਚੱਕ ਲਿਆ ਹੁਣ ਬਾਬਾ ਚਾਹ ਰੈਸਟੋਰੈਂਟ ਟੀ ਸਟਾਲ ਆ ਇੱਥੇ ਮਤਲਬ ਕੈਫਟੇਰੀਆ ਦਾ ਦੁਬਈ ਦੇ ਵਿੱਚ ਬਿਜ਼ਨਸ ਜਮ੍ਹਾਂ ਹੀ ਆਤਾ ਇੰਨਾ ਜ਼ਿਆਦਾ ਮੀਡੀਆ 'ਚ ਬਹੁਤ ਜ਼ਿਆਦਾ ਦੁਬਈ ਦੇ ਵਿੱਚ ਜਿੰਨੇ ਵੀ ਬੰਦੇ ਕੰਮ ਕਰ ਰਹੇ ਨੇ ਮਤਲਬ ਜਿਨ੍ਹਾਂ ਨੇ ਕੰਟੀਨਿਊ ਰੋਡ 'ਤੇ ਕੰਮ ਕਰਨਾ ਜਿਹੜਾ ਵਿਗੜਿਆ ਸੀ ਆਪਾਂ ਗਏ ਸੀ ਕਾਰ ਦੇ ਵਿੱਚ ਫਿੱਟ ਕਰਨ ਨਾ ਇਹਦੀ ਬੇਸ ਪਲੇਟ ਆਹ ਗੰਮ ਸੀਗੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਇਹ ਗੰਮ ਮਤਲਬ ਸਟਿੱਕ ਨਹੀਂ ਹੋ ਰਹੀ ਆਪਾਂ ਜਦੋਂ ਗੱਡੀ 'ਤੇ ਐਂ ਕਰਕੇ ਲਾਈ ਇਹ ਫਿਰ ਇਹਦੇ ਉੱਤੇ ਇਹ ਲੱਗਣਾ ਸੀਗਾ ਆਹ ਵਾਲਾ ਸਿਸਟਮ ਉਹ ਮੇਰੇ ਬੋਲਾਂ ਮਾਰੀ ਜਾਂਦਾ ਯਾਰ ਅੱਛਾ ਆਹ ਲੱਗ ਗਿਆ ਬੇਸ ਇਸ ਤਰ੍ਹਾਂ ਡੈਸ਼ਬੋਰਡ 'ਤੇ ਅਤੇ ਇਹਨੇ ਉੱਪਰ ਐਂ ਲੱਗ ਜਾਣਾ ਸੀ ਉੱਪਰ ਆਪਾਂ ਲਾ ਦੇਣਾ ਸੀ ਕੈਮਰਾ ਲੇਕਿਨ ਗੰਮ ਨਹੀਂ ਹੈਗੀ ਉਹ ਅਤੇ ਉਹ ਇਗਨੋਰ ਕਰੋ ਬੋਲਾਂ ਮਾਰੀ ਜਾਊਗਾ ਅਤੇ ਇਹਨੂੰ ਹੁਣ ਮੈਂ ਪੂਰਾ ਸਟਿੱਕ ਲਾ ਕੇ ਗੰਮੀ ਨੂੰ ਟਰਾਈ ਕਰ ਰਿਹਾ ਕਿ ਆਹ ਹੁਣ ਨਵੀਂ ਮੰਗਵਾਈ ਹੈ ਟੇਪ ਅਤੇ ਦੇਖਦੇ ਇਹਨੇ ਕੀ ਇਹਦਾ ਜੋੜ ਲੱਗਦਾ ਜਾਂ ਇਹ ਬੈਨੀਫਿਸ਼ਲ ਹੈਗੀ ਆਪਣੇ ਲਈ ਨਹੀਂ ਅਗਰ ਹੋਈ ਤਾਂ ਫਿਰ ਗੁੱਡ ਆ ਫਿਰ ਆਪਣਾ ਕੈਮਰਾ ਸੈੱਟ ਰਹੂਗਾ ਹੈ ਕਿ ਨਹੀਂ ਅਤੇ ਫਿਰ ਤੁਸੀਂ ਨਾਲ ਹੀ ਚੱਲੋਗੇ ਆ ਬਸ 5 ਮਿੰਟ ਦੇ ਵਿੱਚ ਮੈਂ ਰੈਡੀ ਕਰਕੇ ਮੈਂ ਨਿਕਲਣ ਲੱਗਿਆ ਅਤੇ ਤੂੰ ਨਾਲ ਲੈ ਕੇ ਚੱਲਦਾ ਚਲੋ ਜੀ ਬਾ ਡਬਲ ਟੇਪ ਆਪਾਂ ਲਾ ਲਈ ਸੈੱਟ ਕਰਕੇ ਬਿਲਕੁਲ ਹੈ ਨਾ ਅਤੇ ਇੰਨੀ ਬਚ ਗਈ ਹੈ ਹੁਣ ਥੱਲੇ ਜਾਵਾਂਗੇ ਕਾਰ ਦੇ ਵਿੱਚ ਇਹਨੂੰ ਇੱਕ ਵਾਰ ਟਰਾਈ ਕਰਕੇ ਦੇਖਾਂਗੇ ਅਗਰ ਫਿੱਟ ਆ ਗਿਆ ਤਾਂ ਵੈਲ ਐਂਡ ਡਨ ਨਹੀਂ ਤਾਂ ਫਿਰ ਆਪਣਾ ਹੱਥ ਜਗਨਨਾਥ ਠੀਕ ਹੈ ਚਲੋ ਮਿਲਦੇ ਹਾਂ ਹੱਥ ਮੈਂ ਬਲੌਗ ਦੇਖ ਕੇ ਤਾਂ ਹੁਣ ਜਿਹੜਾ ਅਪਲੋਡ ਕੀਤਾ ਜਾ ਕੇ ਦੇਖ ਲਿਓ ਯੂਟਿਊਬ 'ਤੇ ਆਪਾਂ ਪੰਜਾਬ ਦੇ ਉਹ ਜਿਹਨੇ ਪੰਜਾਬ ਦੇ ਨਜ਼ਾਰੇ ਲੈਣੇ ਆ ਪੰਜਾਬ ਦਾ ਦ੍ਰਿਸ਼ ਦੇਖਣਾ ਦੁਬਈ ਵਾਲਿਓ ਜਾ ਕੇ ਦੇਖੋ ਪੰਜਾਬ ਦਾ ਵਲੌਗ ਅਪਲੋਡ ਹੋ ਚੁੱਕਿਆ 3-4 ਵਲੌਗ ਬੈਕ ਟੂ ਬੈਕ ਹੈ ਨਾ ਇੱਕ ਵਲੌਗ ਦੁਬਈ ਤੋਂ ਇੱਕ ਪੰਜਾਬ ਤੋਂ ਦੋਵੇਂ ਨਜ਼ਾਰੇ ਤੁਹਾਨੂੰ ਦਿਖਾ ਦਿੰਦੇ ਹਾਂ ਬਾਬਾਸ ਯਾਰਾਂ ਰਾਤ ਦੇ ਵੱਜ ਗਿਆ 11:25 ਅਤੇ ਆਪਾਂ ਸੈਟਅਪ ਲਾ ਲਿਆ ਇੱਥੇ ਹੈ ਨਾ ਇਹ ਬੇਸ ਪਲੇਟ ਲਾ ਲਈ ਹੁਣ ਇਹਦਾ ਨਹੀਂ ਪਤਾ ਕਿੰਨਾ ਕੁ ਕੰਮ ਕਰਨੀ ਹੈ ਕੀ ਨਹੀਂ ਕਰਨੀ ਟਰਾਈ ਜ਼ਰੂਰ ਕਰ ਲੈਂਦੇ ਹਾਂ ਅਤੇ ਹੁਣ ਤੋਂ ਬਾਅਦ ਜਿਹੜਾ ਵਲੌਗ ਦੇਖੋਗੇ ਤੁਸੀਂ ਸਿੱਧਾ ਰੋਡ 'ਤੇ ਫੋਕਸ ਓਕੇ ਮੇਰੀ ਵੋਇਸ ਆਊਗੀ ਅਤੇ ਰੋਡ 'ਤੇ ਜੋ ਗੱਲਾਂ ਬਾਤਾਂ ਹੋਣਗੀਆਂ ਆਪਾਂ ਕਰਾਂਗੇ ਠੀਕ ਹੈ ਜੀ ਮਿਲਦੇ ਹਾਂ ਫਿਰ ਦੁਬਈ ਦੀਆਂ ਸੜਕਾਂ ਦੇ ਉੱਤੇ ਬਾਬਾਸ ਲਓ ਵੀ ਮਿੱਤਰੋ ਤੁਹਾਡਾ ਸਵਾਗਤ ਆ ਫਿਰ ਦੁਬਾਰਾ ਮਤਲਬ ਆਪਾਂ ਆਟੋ ਵਲੌਗ ਸਟਾਰਟ ਕੀਤਾ ਨਾਈਟ ਟਾਈਮ ਨੂੰ ਗੱਡੀ 'ਤੇ ਕੈਮਰਾ ਡੈਸ਼ਬੋਰਡ 'ਤੇ ਲਾਇਆ ਠੀਕ ਹੈ ਇਹ ਚੱਲੂ ਮਤਲਬ ਵੋਇਸ ਮੇਰੀ ਹੋਊਗੀ ਅਤੇ ਦੁਬਈ ਦੀਆਂ ਸੜਕਾਂ ਹੋਣਗੀਆਂ ਬਸ ਠੀਕ ਹੈ ਦੇਖਦੇ ਹਾਂ ਤੁਹਾਨੂੰ ਕਿਹੋ ਜਿਹਾ ਮਾਹੌਲ ਲੱਗਦਾ ਇਹ ਨਵਾਂ ਐਕਸਪੈਰੀਮੈਂਟ ਆ ਦੇਖਦੇ ਹਾਂ ਕੀ ਹਿਸਾਬ ਕਿਤਾਬ ਪੈਂਦਾ ਠੀਕ ਹੈ ਹੋਪ ਯੂ ਲਾਈਕ ਇਟ ਚਲੋ ਚੱਲਦੇ ਹਾਂ ਫਿਰ ਆਪਾਂ ਇੱਥੋਂ ਤੁਸੀਂ ਰੈਗੂਲਰ ਮਤਲਬ ਦੇਖਿਆ ਹੀ ਹੋਣਾ ਵਾ ਅਸੀਂ ਦੋਨੇ ਭਰਾ ਆਹੀ ਬਿਲਡਿੰਗ 'ਚੋਂ ਨਿਕਲਦੇ ਹੁੰਦੇ ਹਾਂ ਜਦੋਂ ਵਲੌਗ ਸਟਾਰਟ ਕਰਦੇ ਹਾਂ ਇਹ ਫਸਟ ਐਕਸਪੀਰੀਅੰਸ ਆ ਮੈਨੂੰ ਲੱਗਦਾ ਫਸਟ ਆਟੋ ਵਲੌਗ ਆ ਇਹ ਵਲੌਗਿੰਗ ਦੀ ਦੁਨੀਆ 'ਚ ਮੈਂ ਤਾਂ ਆਪਦਾ ਕ੍ਰੈਡਿਟ ਲੈਣਾ ਹੀ ਹੈ ਕਿ ਨਹੀਂ ਅਤੇ ਇਹ ਨਹੀਂ ਕਹਿੰਦਾ ਵੀ ਚੌੜ ਕਰਦਾ ਹੈ ਮੈਨੂੰ ਲੱਗਦਾ ਮਾਹੌਲ ਵਧੀਆ ਬਣ ਰਿਹਾ ਪੂਰਾ ਬਸ ਆਪਣਾ ਆਹ ਜਿਹੜਾ ਸੈਟਅਪ ਲਾਇਆ ਇਹ ਕੈਮਰੇ ਨੂੰ ਸਟੈਂਡ ਕਰਨ ਲਈ ਇਹ ਥੋੜ੍ਹਾ ਜਿਹਾ ਧਿਆਨ ਨਾਲ ਬਸ ਥੋੜ੍ਹਾ ਲੰਬਾ ਟਾਈਮ ਕੱਢ ਜੇ ਬਾਕੀ ਖੈਰ ਚਲੋ ਜੀ ਜਿਹੜਾ ਤੁਹਾਨੂੰ ਅੱਜ ਆਹੀ ਵਲੌਗ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਬਾਲਕਨੀ ਦੇ ਵਿੱਚੋਂ ਫੜ ਕੇ ਤੁਹਾਨੂੰ ਰੋਡ ਦਿਖਾਇਆ ਸੀ ਨਾ ਮੈਂ ਜਿਹੜਾ ਅੰਡਰ ਕੰਸਟਰਕਸ਼ਨ ਚੱਲਦਾ ਵਾ ਅਤੇ ਉਹ ਰੋਡ ਕਰਕੇ ਆਪਾਂ ਨੂੰ ਆਹ ਥੋੜ੍ਹਾ ਧੱਕਾ ਧੌਲਾ ਖਾਣਾ ਪੈਂਦਾ ਨਹੀਂ ਤਾਂ ਸਿੱਧਾ ਸਿੱਧਾ ਰੋਡ
ਲੋ ਜੀ ਟ੍ਰੈਫਿਕ ਦਾ ਸਾਹਮਣਾ ਇੱਥੇ ਨਹੀਂ ਹੈਗਾ ਸਰ, ਲੋਕ ਖੜੇ ਹੀ ਨੇ, ਸਰਵਿਸ ਰੋਡ ਆ, ਨਿਕਲ ਜਾਣਾ ਇਹਨਾਂ ਨੇ ਇੱਕ ਦੋ ਮਿੰਟ 'ਚ। ਇਹ ਉਹੀ ਗਲੀ ਆ ਅਲਫਾ ਜ਼ੋਨ ਜ਼ੈਨ ਸਲੂਨ ਵਾਲੀ। ਚਲ ਚਲ ਚਲੋ ਹੁਣ ਆਪਾਂ ਜਾ ਰਹੇ ਹਾਂ ਮਤਲਬ ਸਿੱਧਾ ਅਬੂਹੇ। ਲਓ ਵੀ ਮਿੱਤਰੋ ਅੱਜ ਦੀ ਕੋਈ ਭੁੱਲ ਚੁੱਕ ਮਾਫ ਹੋਵੇ ਜਾਂ ਤੁਹਾਨੂੰ ਕੈਪਚਰ ਸਹੀ ਨਾ ਹੋਵੇ ਰੋਡ ਦੁਬਈ ਦਾ ਤਾਂ ਉਹਦੇ ਲਈ ਮਾਫੀ, ਕਿਉਂਕਿ ਅੱਜ ਆਪਾਂ ਟ੍ਰਾਇਲ ਮਾਰ ਰਹੇ ਹਾਂ ਤੇ ਹੁਣ ਮੈਂ ਜਾ ਕੇ ਚੈੱਕ ਕਰੂੰਗਾ। ਕਿਵੇਂ ਮਾਹੌਲ ਆਉਂਦਾ, ਕਿੰਨਾ ਕੁ ਵਧੀਆ ਲੱਗਦਾ ਰੋਡ, ਹੈ ਨਾ। ਲੇਕਿਨ ਘੁਮਾ ਤੁਹਾਨੂੰ ਸਾਰੀ ਦੁਬਈ ਦੇਣੀ ਆ ਮੈਂ, ਅੱਜ ਨਹੀਂ ਮਤਲਬ ਡੇਲੀ ਰੋਡਾਂ 'ਤੇ ਮਤਲਬ ਆਪਣਾ ਕੰਮ ਧੰਦੇ ਵੀ ਕਰਾਂਗੇ, ਜੋਬਾਂ ਵੀ ਕਰਾਂਗੇ, ਨਾਲ ਵਲੌਗ ਵੀ ਕਰਾਂਗੇ ਸਾਰੀ ਚੀਜ਼। ਮੈਂ ਉਹ ਵੀ ਲਾਇਆ ਹੋਇਆ ਗੂਗਲ ਮੈਪ, ਕਿਉਂ ਡਿਫਰੈਂਟ ਕਾਇੰਡ ਆਫ ਲੋਕੇਸ਼ਨ 'ਤੇ ਜਾਣਾ ਹੁੰਦਾ ਵਾ। ਮੈਂ ਰਾਹਾਂ ਦੇ ਵਿੱਚ ਥੋੜ੍ਹਾ ਕੱਚਾ ਹੀ ਹਾਂ, ਛੇਤੀ ਭੁੱਲ ਭੁੱਲ ਜਾਂਦਾ ਮੈਂ, ਛੇਤੀ ਯਾਦ ਨਹੀਂ ਹੁੰਦੇ, ਬਾਕੀ ਕੰਮ ਯਾਦ ਹੋ ਜਾਂਦੇ ਬਟ ਰਾਹ ਰੂਹ ਨਹੀਂ ਹੁੰਦੇ। ਰਾਤ ਨੂੰ ਤਾਂ ਟ੍ਰੈਫਿਕ ਬਹੁਤ ਘੱਟ ਮਿਲਦਾ, ਰਾਤ ਦੇ ਕਿੰਨੇ ਵੱਜਦੇ 11:35। ਅੱਜ ਤੁਹਾਨੂੰ ਪੂਰਾ ਵਲੌਗ ਦਿਖਾ ਦੇਣਾ ਵੀ ਅੱਜ ਕਰਕੇ ਕੀ ਆਉਣਾ, ਕੰਮ ਧੰਦਾ ਕੀ ਆ, ਹੈ ਨਾ। ਪਰ ਇੱਕ ਗੱਲ ਆ, ਦੁਬਈ ਦੇ ਵਿੱਚ ਡਰਾਈਵਿੰਗ ਕਰਨੀ ਬਹੁਤ ਸੌਖੀ ਆ, ਜ਼ਿਆਦਾ ਹਾਰਡ ਨਹੀਂ ਹੈਗਾ, ਜ਼ਿਆਦਾ ਮਤਲਬ ਉਹ ਨਹੀਂ ਹੈਗਾ ਆਊਗਾ, ਕਿਉਂਕਿ ਤੁਹਾਨੂੰ ਰੂਲਸ ਐਂਡ ਰੈਗੂਲੇਸ਼ਨ ਮਿਲ ਜਾਂਦੇ ਸਾਰੇ ਸਿੱਧੇ ਸਿੱਧੇ, ਟਰੈਕ ਮਿਲ ਜਾਂਦੇ ਆ, ਸਾਰੇ ਰੂਲ ਫੋਲੋ ਕਰਦੇ ਨੇ, ਕੋਈ ਹੋਵੇ ਇੱਕ ਅੱਧਾ ਜਿਹੜਾ ਨਹੀਂ ਕਰਦਾ ਅਤੇ ਉਹ ਠੋਕਿਆ ਵੀ ਜਾਂਦਾ, ਹੈ ਨਾ। ਸਾਰੀਆਂ ਆਟੋ ਕਾਰਾਂ ਨੇ, ਗੇਅਰ ਵਾਲਾ ਝੰਝਟ ਵੀ, ਮੈਨੂਅਲ ਖਤਮ, ਲੇਕਿਨ ਮੈਨੂਅਲ ਗੱਡੀ ਚਲਾਉਣ 'ਚ ਮਜ਼ਾ ਬੜਾ, ਬਟ ਇੱਥੇ ਜ਼ਿਆਦਾ ਆਟੋ ਹੀ ਚੱਲਦੀਆਂ ਨੇ। ਲਓ ਵੀ ਮਿੱਤਰੋ ਟ੍ਰੈਫਿਕ 'ਤੇ ਮਤਲਬ ਸਿਗਨਲ 'ਤੇ ਆ ਕੇ ਖੜ੍ਹ ਗਏ ਹਾਂ, ਅਤੇ ਮੈਂ ਇੱਕ ਵਾਰੀ ਫਿਰ ਮੈਂ ਤੁਹਾਨੂੰ ਮਤਲਬ ਰਿਮਾਇੰਡ ਕਰਾ ਦਾਂ ਵੀ ਹਜੇ ਮੈਂ ਕੁਛ ਨਹੀਂ ਚੈੱਕ ਕੀਤਾ ਵੀ ਇਹਦੀ ਵੋਇਸ ਕਿੱਦਾਂ ਦੀ ਆ ਰਹੀ ਆ ਵਲੌਗ ਦੇ ਵਿੱਚ, ਹੈ ਨਾ, ਅਤੇ ਕਲੈਰਿਟੀ ਕਿੱਦਾਂ ਆ ਰਹੀ ਆ ਸਕਰੀਨ, ਮਤਲਬ ਕਾਰ ਦਾ ਸ਼ੀਸ਼ਾ ਵੀ ਮੈਂ ਸਾਫ਼ ਕਰਕੇ ਨਹੀਂ ਤੁਰਿਆ, ਉਹ ਕਰਨਾ ਚਾਹੀਦਾ ਸੀ, ਲੇਕਿਨ ਦੇਖਦੇ ਹਾਂ ਫਸਟ ਟ੍ਰਾਇਲ ਆ, ਅਗਰ ਕਾਮਯਾਬ ਹੋ ਗਏ ਤਾਂ ਇਹ ਚੀਜ਼ਾਂ ਦਾ ਮਤਲਬ ਇਹ ਚੀਜ਼ਾਂ ਦੀ ਕੇਅਰ ਕਰਾਂਗੇ। ਅਗਰ ਵੋਇਸ ਕਲੀਅਰ ਨਹੀਂ ਪਹੁੰਚੀ ਤੁਹਾਡੇ ਤੱਕ ਤਾਂ ਫਿਰ ਇਹਦਾ ਵੀ ਸਲਿਊਸ਼ਨ ਕਰਨਾ ਪਊ, ਇੱਕ ਮਾਈਕ ਮੈਨੂੰ ਬਾਏ ਕਰਕੇ ਅਟੈਚ ਕਰਕੇ ਅਤੇ ਮਾਈਕ 'ਚ ਬੋਲਣਾ ਪਊਗਾ ਤਾਂ ਜੋ ਵੋਇਸ ਕਲੀਅਰ ਹੋ ਜੇ, ਹੈ ਨਾ। ਇਹ ਹੁਣ ਹੈਗਾ ਵਾ ਬਗਦਾਦ ਸਟਰੀਟ 'ਤੇ, ਇਹਨੂੰ ਕਹਿੰਦੇ ਆ ਬਗਦਾਦ ਸਟਰੀਟ। ਆ ਪਿੱਛੇ ਲੰਘ ਗਿਆ, ਲੇਕਿਨ ਉੱਥੇ ਅਸੀਂ ਖਾਣਾ ਮਤਲਬ ਖਾਣਾ ਪਾਣੀ ਖਾਣ ਆਉਂਦੇ ਹੁੰਦੇ ਬਿਰਿਆਨੀ ਦੇ। ਸਿਗਨਲ 'ਤੇ ਸਿਗਨਲ, ਟਾਈਮ ਵੇਸਟ, ਅਤੇ ਮੇਰੇ ਰਹਿ ਗਏ 10 ਮਿੰਟ। 10 ਮਿੰਟ ਸ਼ੋਅ ਕਰ ਰਿਹਾ ਕਿਉਂਕਿ ਸਪੀਡ ਸਲੋ ਆ ਰੋਡ 'ਤੇ ਵੀ, ਸਿਰਫ 4 ਕਿਲੋਮੀਟਰ, 4.5 ਕਿਲੋਮੀਟਰ। ਲਓ ਵੀ ਮਿੱਤਰੋ 5 ਮਿੰਟ ਰਹਿ ਗਏ ਜਿਹੜੀ ਲੋਕੇਸ਼ਨ 'ਤੇ ਮੈਂ ਜਾਣਾ, 2 ਕਿਲੋਮੀਟਰਸ ਅਵੇ।
ਯਾਰ ਸਿਗਨਲਾਂ ਨੇ ਮਾਰ ਲਿਆ ਸਿਗਨਲ 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 ਇੱਕ ਸਿਗਨਲ ਪੰਜ ਪੰਜ ਦਸ ਦਸ ਮਿੰਟ ਖਾ ਜਾਂਦਾ ਯਾਰ ਆਹ ਪੁਰਾਣ ਪਿਛਲੇ ਦੋ ਸਿਗਨਲ ਲੰਘ ਕੇ ਆਇਆ ਮੈਂ ਕੈਮਰਾ ਬੰਦ ਕਰ ਲਿਆ ਸੀਗਾ ਮੈਂ ਕਿਹਾ ਬੈਟਰੀ ਇਹਦੀ ਡਾਊਨ ਹੋ ਜੂਗੀ ਡਾਇਵਰਸ਼ਨ ਇੱਥੋਂ ਸਟਾਰਟ ਹੋ ਗਈ ਆ ਆਹ ਸਾਈਨ ਬੋਰਡ ਦੇਖ ਰਹੇ ਹੋ ਪੀਲਾ ਜਿਹਾ ਇਹ ਏਰੀਏ 'ਤੇ ਆਉਣਾ ਸੀ ਇਹਨੂੰ ਕਹਿੰਦੇ ਆ ਅਬੂਹੇਲ ਪਾਰਕਿੰਗ ਦਾ ਲਫੜਾ ਇੱਥੇ ਕਿਤੇ ਮਿਲ ਜਾਵੇ ਤਾਂ ਬਾਹਲੀ ਵਧੀਆ ਗੱਲ ਆ ਟੀਮ ਲੱਗੀ ਤਾਂ ਹੋਈ ਆ ਪਾਰਕਿੰਗ ਮਤਲਬ ਕੰਮ ਕਰਨ ਚਲੋ ਇੱਕ ਪਾਰਕਿੰਗ ਤਾਂ ਵਿਹਲੀ ਮਿਲੀ ਬਾਬਾ ਇੱਥੇ ਹੀ ਲਾਵਾਂਗੇ ਬੜੀ ਮਿਹਰਬਾਨੀ ਅਗਰ ਕੋਈ ਓਬਜੈਕਸ਼ਨ ਨਾ ਕਰੇ ਤਾਂ ਲੈ ਵੀ ਮਿੱਤਰੋ ਆਹ ਹਾਲਾਤ ਨੇ ਇੰਸਪੈਕਸ਼ਨ ਕਰਿਆ ਦੀ ਆਪਾਂ ਅਤੇ ਹੁਣ ਆਪਾਂ ਜਾਵਾਂਗੇ ਦੂਸਰੀ ਲੋਕੇਸ਼ਨ 'ਤੇ ਰਾਤ ਦੇ ਵੱਜ ਗਿਆ ਡੇਢ ਹੈ ਕਿ ਨਹੀਂ ਸਾਰਾ ਕੁਝ ਚੈੱਕ ਚੁੱਕ ਕਰਕੇ ਕਿਵੇਂ ਆ ਰਿਹਾ ਮਜ਼ਾ ਮੋਟੋ ਵਲੋਗ ਦਾ ਆਟੋ ਵਲੋਗ ਦਾ ਕਾਟੋ ਵਲੋਗ ਦਾ ਇਹ ਸਾਡੇ ਲਈ ਤਾਂ ਕਾਟੋ ਵਲੋਗ ਹੀ ਹੈ ਕੰਮ ਧੰਦੇ ਵੀ ਅਤੇ ਵਲੋਗਿੰਗ ਵੀ ਪਸੀਨਾ ਜ਼ਿਆਦਾ ਹਿਊਮਿਡਿਟੀ ਅੱਜ ਬਹੁਤ ਜ਼ਿਆਦਾ ਦੁਬਈ ਦੇ ਵਿੱਚ ਜਿੰਨੇ ਵੀ ਬੰਦੇ ਕੰਮ ਕਰ ਰਹੇ ਨੇ ਮਤਲਬ ਜਿਨ੍ਹਾਂ ਨੇ ਕੰਟੀਨਿਊ ਰੋਡ 'ਤੇ ਕੰਮ ਕਰਨਾ ਹੈ ਨਾ ਤਾਂ ਜੋ ਹਾਰਡ ਵਰਕ ਉਹਨਾਂ ਨੂੰ ਕੋਈ ਇਫੈਕਟ ਨਾ ਕਰੇ ਜ਼ਿਆਦਾ ਉਹਨਾਂ ਦੀ ਹੈਲਥ ਚਲੋ ਹੁਣ ਮਿਲਦੇ ਹਾਂ ਆਪਾਂ ਨੈਕਸਟ ਲੋਕੇਸ਼ਨ 'ਤੇ ਜਿਹੜੀ ਹੈਗੀ ਆ ਮੇਰੇ ਫੋਨ ਦੇ ਵਿੱਚ ਮੈਨੂੰ ਲੋਕੇਸ਼ਨਾਂ ਦਾ ਪਤਾ ਨਹੀਂ ਮੈਪ ਲਾ ਕੇ ਜਾਊਂਗਾ ਅਤੇ ਉੱਥੇ ਵੀ ਰੋਡ ਕਲੋਜ਼ਰ ਚੱਲ ਰਿਹਾ ਵਾ ਠੀਕ ਹੈ ਜੀ ਚਲੋ ਜੀ ਬਾਬਾ ਮਿਲਦੇ ਹਾਂ ਬਾਬਾ ਚਲੋ ਵੀ ਮਿੱਤਰੋ ਲਈਏ ਰੱਬ ਦਾ ਨਾਂ ਦੂਜੇ ਸਟੇਸ਼ਨ 'ਤੇ ਬੈਲਟ ਲਾ ਲਈਏ ਚਲੋ ਵੀ ਇਹ ਦੱਸ ਰਿਹਾ ਹੁਣ ਰਾਤ ਦਾ 1:30 ਅਤੇ ਦੁਨੀਆ ਜਾਗਦੀ ਆ ਮੌਜਾਂ ਲੁੱਟਦੀ ਆ ਕੱਲ੍ਹ ਨੂੰ ਛੁੱਟੀ ਆ ਹੈ ਕਿ ਨਹੀਂ ਸੈਟਰਡੇ ਨਾਈਟ ਚੱਲਣ ਦੀ
ਰੈਡੀ ਨਾ ਹੋ ਜਾਏ ਹੁਣ ਹੋ ਗਿਆ ਹੁਣ ਹੋ ਗਿਆ ਹੁਣ ਹੋ ਗਿਆ ਇਹ ਗੱਲ ਦਾ ਵੀ ਡਰ ਆ ਜੇ ਤੁਸੀਂ ਰੈਡ ਕ੍ਰੋਸ ਕਰਦੇ ਹੋ ਤੁਹਾਡੀ ਗੱਡੀ ਬੌਂਡ ਕਰ ਦੇਣੀ ਇਹਨਾਂ ਨੇ 30 ਦਿਨ ਲਈ ਕਰਦੇ ਸ਼ਾਇਦ ਅਤੇ ਬਾਕੀ ਜਿਹੜਾ ਫਾਈਨ ਆ ਉਹ ਫਿਰ ਉੱਪਰ ਦੀ ਜੇਲ੍ਹ ਵੀ ਆ ਜੇ ਤੁਸੀਂ ਫਾਈਨ ਵਗੈਰਾ ਨਹੀਂ ਦਿੰਦੇ ਮਾਮੇ ਆਪਸ਼ਨਾਂ ਰੱਖ ਦਿੰਦੇ ਆਪਸ਼ਨਾਂ ਜਾਂ ਪੈਸੇ ਜਦੋਂ ਪੈਸੇ ਜਿਹੜਾ ਜੇਲ੍ਹ ਕੱਟ ਲਓ ਜੇਲ੍ਹ ਬਟ ਕਰਾਹੀ ਰੈਸਟੋਰੈਂਟ ਬਾਬਾ ਚਾਏ ਰੈਸਟੋਰੈਂਟ ਟੀ ਸਟਾਲ ਆ ਇੱਥੇ ਮਤਲਬ ਕੈਫਟੇਰੀਆ ਦੋ ਇਹਦੇ ਵਿੱਚ ਬਿਜ਼ਨਸ ਜਮ੍ਹਾਂ ਹੀ ਆਤਾ ਅੱਛੀ ਲੋਕੇਸ਼ਨ ਅੱਛੀ ਤੁਸੀਂ ਲੱਭੋ ਕੈਫਟੇਰੀਆ ਦਾ ਬਿਜ਼ਨਸ ਸਟਾਰਟ ਕਰੋ ਉਹ ਤੁਹਾਨੂੰ ਵਫਾ ਕਰੇਗਾ ਇੱਥੇ ਅਤੇ ਹੁਣ ਆਪਾਂ ਚੱਲੀਏ ਸਲੋ ਹੀ ਆ ਪਬਲਿਕ ਏਰੀਆ ਵਾ ਸਲੋ ਜਾਣਾ ਪੈਣਾ ਥੋੜ੍ਹਾ ਜਿਹਾ ਅੰਦਰਲਾ ਮਾਹੌਲ ਮੈਂ ਤੁਹਾਨੂੰ ਗੱਡੀ ਦਾ ਦਿਖਾ ਦਾਂ ਅਤੇ ਹਜੇ ਵੀ ਮੈਨੂੰ ਪਤਾ ਨਹੀਂ ਹੈਗਾ ਮੇਰੀ ਸ਼ਕਲ ਮਤਲਬ ਮੈਂ ਪੂਰਾ ਫੁਟੇਜ ਪੂਰੀ ਆ ਰਹੀ ਹੈ ਨਹੀਂ ਆ ਰਹੀ ਇਹ ਸਾਰਾ ਕੁਛ ਆ ਵਲੌਗ 'ਚ ਚੈੱਕ ਹੋਊਗਾ ਜੇ ਮੈਨੂੰ 70-80% ਵੀ ਅੱਛਾ ਮਿਲ ਗਿਆ ਤਾਂ ਫਿਰ ਮੈਂ ਇਹਨੂੰ ਔਖੇ ਸਮਝ ਗਿਆ ਗੱਲ ਕਿਉਂਕਿ ਮੈਂ ਪੈਸੇ ਵੇਸਟ ਨਹੀਂ ਕਰਨਾ ਚਾਹੁੰਦਾ ਕੋਈ ਗੈਜਟ ਜਾਂ ਕਿਸੇ 'ਤੇ ਵੀ ਜਿੰਨਾ ਚਿਰ ਕੰਮ ਚੱਲਦਾ ਤਾਂ ਆਪਾਂ ਚਲਾ ਲੈਂਦੇ ਹਾਂ ਜੇ ਕੰਮ ਨਹੀਂ ਚੱਲੂਗਾ ਫਿਰ ਆਪਾਂ ਪੈਸੇ ਵੀ ਲਾ ਦਾਂਗੇ ਕੋਈ ਵੱਡੀ ਗੱਲ ਵੈਸੇ ਹੁਣ ਨੈਕਸਟ ਜੋ ਗੈਜਟ ਆਊਗਾ ਆਪਣੇ ਉਹ ਗੋਪਰੋ ਹੋ ਸਕਦਾ ਗੋਪਰੋ ਤੋਂ ਬਾਅਦ ਲਿਸਟ ਤਾਂ ਲੰਬੀ ਆ ਸਿਰਫ ਕਮੀ ਪੈਸਿਆਂ ਦੀ ਆ ਮਾਮਾ ਕਮੀ ਜਿੱਦਣ ਪੈਸੇ ਆ ਗਏ ਨਾ ਪੈਸੇ ਉੱਧਰ ਹੀ ਆਪਾਂ ਸਾਰਾ ਸਮਾਨ ਚੱਕ ਲਿਆਉਣਾ ਡਰੋਨ ਦੂਜਾ ਡਰੋਨ ਵੀ ਵਧੀਆ ਜੇ ਤੁਸੀਂ ਵਲੌਗਿੰਗ ਕਰਨੀ ਹੈ ਫਿਰ ਤਾਮ ਧਾਮ ਨਾਲ ਲੇਕਿਨ ਗਲ 'ਚ ਗੁੱਠਾ ਲੈ ਕੇ ਨਹੀਂ ਵੀ ਗਲ 'ਚ ਗੁੱਠਾ ਤੋਂ ਘਰਦਿਆਂ ਨੂੰ ਤਾਂ ਪੈਸੇ ਲੈ ਕੇ ਵਲੌਗਿੰਗ ਕਰੋ ਤੁਸੀਂ ਰੋਡ 'ਤੇ ਦੇਖਣਾ ਪੈ ਰਿਹਾ ਘੁੰਮਾ ਦੇਣਾ ਕੈਮਰਾ ਹੁਣ ਮੈਂ ਜਦੋਂ ਲਾਈਟਾਂ ਹੋਣਗੀਆਂ ਇੰਨੀਆਂ ਗੱਲਾਂ ਮੈਂ ਵੀ ਨਹੀਂ ਕਰ ਸਕਦਾ ਅਤੇ ਨਾਲ ਉਹ ਜਿਹੜਾ ਮੇਰਾ ਪਾਰਟਨਰ ਹੁੰਦਾ ਛੋਟਾ ਭਰਾ ਅਤੇ ਉਹ ਚਲਾ ਗਿਆ ਇੰਡੀਆ ਅਤੇ ਉਹਨਾਂ ਤਾਂ ਮਗਜ਼ਮਾਰੀ ਕਰਦੇ ਰਹੀਦਾ ਸੀ ਆਪਾਂ ਉਹ ਤਾਂ ਥੋੜ੍ਹੇ ਥੋੜ੍ਹੇ ਜੋਕ ਵੀ ਕਰੈਕ ਕਰ ਲਈਦੇ ਸੀ ਉਹ ਲੁੱਟ ਰਿਹਾ ਬੁੱਲੇ ਇੰਡੀਆ ਦੇ ਵਿੱਚ ਪੰਜਾਬ 'ਚ ਅਤੇ ਡੇਲੀ ਉਹ ਵੀਡੀਓ ਸ਼ੀਡੀਓ ਭੇਜਦਾ ਹੁਣ ਵਲੌਗ ਅਪਲੋਡ ਕਰਦਾ ਕੀਤਾ ਉਹਨੇ ਅਤੇ ਪੰਜਾਬ ਦਾ ਅਤੇ ਇੱਕ ਹੁਣ ਇੱਧਰੋਂ ਹੋਊਗਾ ਇੱਕ ਪੰਜਾਬ ਦਾ ਹੋਊਗਾ ਲੇਕਿਨ ਯਾਰ ਪੰਜਾਬ ਦੀ ਰੀਸ ਕੋਈ ਨਹੀਂ ਤੁਹਾਨੂੰ ਸਹੀ ਗੱਲ ਮੈਂ ਦੱਸਾਂ ਜੇ ਕੰਮ ਧੰਦੇ ਥੋੜ੍ਹੇ ਬਹੁਤੇ ਤੋਰਨੇ ਆ ਪੰਜਾਬ 'ਚ ਤੋਰ ਲਓ ਆਪਾਂ ਵੀ ਇਹੀ ਪਲਾਨ ਨਾਲ ਤੁਰਨਾ ਹੁਣ ਠੀਕ ਹੈ ਜਦੋਂ 4 ਪੈਸੇ ਹੱਥ 'ਚ ਆ ਗਏ ਪੰਜਾਬ ਦੇ ਵਿੱਚ ਇੱਕ ਸਿਕਿਓਰ ਜਿਹਾ ਬਿਜ਼ਨਸ ਕਰਕੇ ਟਰਾਈ ਕਰਦੇ ਹਾਂ ਜਿੰਨੀ ਭੱਜ ਨੱਟ ਇੱਥੇ ਹੁੰਦੀ ਆ ਇਹ ਭੱਜ ਨੱਟ ਤੋਂ ਛੁਟਕਾਰਾ ਪਾ ਕੇ ਮਤਲਬ ਉੱਥੇ ਕਰ ਲਾਂਗੇ ਮਿਹਨਤ ਹੈ ਕਿ ਨਹੀਂ ਜਿਹੜੀ ਮਿਹਨਤ ਕਰਨੀ ਉੱਥੇ ਕਰ ਲਾਂਗੇ ਲੇਕਿਨ ਇਨਕਮ ਦਾ ਸਾਧਨ ਕਰਕੇ ਜਾਣਾ ਇੱਥੋਂ ਜਿੰਨੀ ਇੱਥੇ ਆ ਉਨੀ ਉੱਥੇ ਕਰਨੀ ਪੈਣੀ ਤਾਂ ਤੁਹਾਡਾ ਗੁਜ਼ਾਰਾ ਆਉਣਾ ਨਹੀਂ ਤਾਂ ਫਿਰ ਭੁੱਖੇ ਮਰਨ ਵਾਲੀ ਗੱਲ ਹੀ ਆ ਹੈ ਕਿ ਨਹੀਂ ਸੋ ਸਮਝ ਕੇ ਦਿਮਾਗ ਲਾ ਕੇ ਚਲੋ ਜੀ ਤੁਹਾਨੂੰ ਦਿਖਾਉਂਦੇ ਰੋਡ ਦਾ ਹੁਣ ਸਫ਼ਰ ਲੋ ਵੀ ਮਿੱਤਰੋ ਲੋਕੇਸ਼ਨ 'ਤੇ ਆਪਾਂ ਪਹੁੰਚ ਗਏ ਹਾਂ ਅਤੇ ਹੁਣ ਤੁਹਾਨੂੰ ਮਿਲਾਂਗੇ ਘਰ ਜਾਂਦੇ ਹਾਂ ਠੀਕ ਹੈ ਜੀ ਬਾਬਾਸ ਆਪਣਾ ਕੰਮ ਹੋ ਗਿਆ ਖਤਮ ਅਤੇ ਟਾਈਮ ਹੋ ਗਿਆ ਜ਼ਿਆਦਾ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਅਤੇ ਨਾਲ ਹੀ ਤੁਸੀਂ ਚੱਲੋਗੇ ਤੁਹਾਨੂੰ ਦੁਬਈ ਦਿਖਾਉਂਦੇ ਜਾਂਦੇ ਹਾਂ ਆਪਾਂ ਠੀਕ ਹੈ ਜੀ ਅਤੇ ਨਾਲੇ ਐਕਸਪੀਰੀਅੰਸ ਦੱਸਣਾ ਵੀ ਅੱਜ ਦਾ ਵਲੌਗ ਕਿਵੇਂ ਲੱਗਿਆ ਹੈ ਨਾ ਘਰ ਜਾ ਕੇ ਫਿਰ ਮਿਲਦੇ ਹਾਂ ਠੀਕ ਆ ਰੋਡ 'ਤੇ ਤਾਂ ਤੁਸੀਂ ਲਾਈਵ ਰਹੋਗੇ ਆਪਾਂ ਗੱਲਾਂ ਕਰ ਬਾਤਾਂ ਕਰਦੇ ਜਾਵਾਂਗੇ ਇਹੋ ਜਿਹੀ ਗੱਲ ਚਲੋ ਜੀ ਮਿਲਦੇ ਹਾਂ ਬਾਬਾਸ
ਲੇਟ ਆ ਗਏ ਹਲੇ ਅੱਜ ਰੀਚਾਰਜ ਕਰਾਇਆ ਲੇਕਿਨ ਸਾਲਕ ਮਾਰਦੇ ਆ ਥੋੜ੍ਹਾ ਛੇਤੀ ਬੰਦਾ ਘਰੇ ਪਹੁੰਚ ਜਾਂਦਾ ਨਹੀਂ ਤਾਂ ਇਹਨਾਂ ਨੂੰ ਅਵੋਇਡ ਕਰਨ ਦੇ ਚੱਕਰ ਦੇ ਵਿੱਚ ਕਿੱਧਰ 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 ਨਹੀਂ ਜਾਣਾ ਪੈਂਦਾ ਖੂਫੀਆ ਰਾਸਤੇ ਲੱਭ ਕੇ ਜਿਹੜੇ ਕਿ ਮੈਨੂੰ ਜਮਾਂ ਨਹੀਂ ਪਤਾ ਭੁੱਖ ਲੱਗੀ ਹੈ ਜ਼ੋਰਾਂ ਦੀ ਜ਼ਬਰਦਸਤ ਤਰੀਕੇ ਨਾਲ ਹੁਣ ਘਰੇ ਜਾ ਕੇ ਰੋਟੀ ਪਾਣੀ ਖਾਣੀ ਆ ਜਾਂ ਬਾਹਰੋਂ ਕੁਛ ਮੰਗਵਾਈਏ ਐਂ ਵੀ ਹੋ ਸਕਦਾ ਹੈ ਜਾਂ ਆਪ ਹੀ ਲੈ ਜਾਈਏ ਮਤਲਬ ਅੱਜ ਹੈਗਾ ਸਾਡੇ ਹਿਸਾਬ ਨਾਲ ਜੁੰਮਾ ਰਾਤ ਮਤਲਬ ਸੈਟਰਡੇ ਨਾਈਟ ਕੱਲ੍ਹ ਨੂੰ ਡੇ 'ਚ ਮੈਂ ਘਰੇ ਆ ਸੌਂਗਾ ਨਾਈਟ ਮੈਂ ਕੰਮ 'ਤੇ ਜਾਣਾ ਨਹੀਂ ਨਾਈਟ ਡਿਊਟੀ ਆਫ ਆ ਇਸ ਕਰਕੇ ਹੁਣ ਜਾਊਂਗਾ ਮੰਡੇ ਠੀਕ ਆ ਜੀ ਤਾਂ ਕਰਕੇ ਆਪਣਾ ਹੁਣ ਇੰਜੋਏ ਕਰਦਾ ਹੱਕ ਬਣਦਾ ਇੰਜੋਏ ਇਨ ਦਾ ਸੈਂਸ ਖਾਵਾਂਗੇ ਪੀਵਾਂਗੇ ਐਸ਼ ਕਰਾਂਗੇ ਹੋਰ ਕੀ ਨਹੀਂ ਤਾਂ ਆਪਣਾ ਯਾਰ ਬੇਲੀ ਚਲਾ ਗਿਆ ਇੰਡੀਆ ਪੰਜਾਬ ਨਹੀਂ ਤਾਂ ਅਸੀਂ ਆਪਦਾ ਹੀ ਮਾਹੌਲ ਬਣਾਈ ਰੱਖਦੇ ਹੁੰਦੇ ਹਾਂ ਕੋਈ ਖਾਣ ਪੀਣ ਨੂੰ ਲਿਆਂਦਾ ਕੁਛ ਨਾ ਖਾਣ ਨੂੰ ਅਤੇ ਪੀਣ ਨੂੰ ਸਮਝ ਗਏ ਗੱਲ ਨੂੰ ਓਦਾਂ ਘਰ ਵਧੀਆ ਗੇਮ ਚੱਲਦੀ ਰਹਿੰਦੀ ਆ ਗੱਪ ਛੱਪ ਚੱਲਦੇ ਰਹਿੰਦੇ ਆ ਇਹ ਚੀਜ਼ਾਂ ਨੇ ਟਾਈਮ ਪਾਸ ਵਧੀਆ ਹੋ ਜਾਂਦਾ ਹੁਣ ਉਹ ਤਾਂ ਹੈਗਾ ਪੰਜਾਬ ਦੇ ਵਿੱਚ ਹੈ ਨਾ ਉਹ ਵੱਢ ਰਿਹਾ ਬੁੱਲੇ ਅਤੇ ਮੈਂ ਤਾਂ ਬਈ ਪੰਜਾਬ ਦੇ ਬੁੱਲੇ ਵੱਢ ਰਿਹਾ ਚਲੋ ਜੀ ਮਿਲਦੇ ਹਾਂ ਫਿਰ ਅਗਲੇ ਸਟੇਸ਼ਨ 'ਤੇ ਰਿਹਾ ਹੋਵੇ ਹੁਣ ਪਤਾ ਨਹੀਂ ਇੱਥੇ 80 ਦੀ ਸਪੀਡ ਸੀਗੀ ਜਾਂ 100 ਦੀ 80 ਤਾਂ ਨਹੀਂ ਲੱਗਦੀ ਸੀ 100 ਦੀ ਲੱਗਦੀ ਸੀਗੀ ਫਿਰ ਤਾਂ ਆਪਾਂ ਸੇਫ ਹਾਂ ਇਹ 80 ਦਾ ਸੀ ਰੋਡ 80 ਦੈਨ ਫਿਰ ਚਾਂਸ ਹੈਗੇ ਅਗਰ ਕੈਮਰਾ ਹੋਇਆ ਤਾਂ ਲਓ ਵੀ ਦੋਸਤੋ ਆਪਣਾ ਜੋ ਪ੍ਰੋਜੈਕਟ ਆਪਾਂ ਘਰੋਂ ਲੈ ਕੇ ਨਿਕਲੇ ਸੀਗੇ ਵਲੋਗ ਦਾ ਆਟੋ ਵਲੋਗ ਦਾ ਉਹ ਬਸ ਕਰ ਬੇਬੇ ਆ ਗਿਆ ਮੈਂ ਅਤੇ ਉਹ ਆਲਮੋਸਟ ਆਪਾਂ ਸਕਸੈਸ ਹੋ ਗਏ ਹਾਂ ਪ੍ਰੈਕਟੀਕਲੀ ਸਕਸੈਸ ਹੋਏ ਹਾਂ ਆਪਾਂ ਹਲੇ ਇਹਦੀ ਮਤਲਬ ਡੀਪਲੀ ਥਿੰਕਸ ਜਾ ਕੇ ਦੇਖਣੀ ਇਹਦੀ ਆਵਾਜ਼ ਕਿੱਦਾਂ ਦੀ ਆਉਂਦੀ ਹੈ ਅਤੇ ਸਾਊਂਡ ਕਿੱਦਾਂ ਦਾ ਕੋਈ ਕੁਛ ਪ੍ਰੋਬਲਮ ਤਾਂ ਨਹੀਂ ਆਉਂਦੀ ਕਲੀਅਰ ਆ ਸਾਰਾ ਕੁਛ ਹੈ ਨਾ ਵੀਡੀਓ ਕਲੀਅਰ ਆਉਂਦੀ ਆ ਨਹੀਂ ਆਉਂਦੀ ਕਿੰਨੀ ਕੁ ਵਾਈਟ ਦਾ ਸਾਰਾ ਕੁਝ ਦੇਖਾਂਗਾ ਅਗਰ ਸਹੀ ਹੋਇਆ ਤਾਂ 70-80% ਆਪਣੇ ਵੱਲੋਂ ਓਕੇ ਆ ਹੈ ਕਿ ਨਹੀਂ ਇੱਕ ਮਿੰਟ ਹੋਰ ਰੱਖੋ ਫਿਰ ਅੱਛਾ ਅਗਰ 70-80% ਆਪਾਂ ਸਕਸੈਸ ਹੋ ਗਏ ਤਾਂ ਸਮਝ ਲਓ ਆਪਾਂ ਡਨ ਔਰ ਮੈਨੂੰ ਲੱਗਦਾ ਆਪਾਂ ਫੇਲ ਹੋਵਾਂਗੇ ਪੂਰਾ ਵਧੀਆ ਨਿਜ਼ਾਮ ਆਪਾਂ ਐਨ ਫਿੱਟ ਕੀਤਾ ਹੋਇਆ ਭੁੱਖ ਲੱਗੀ ਹੈ ਜ਼ੋਰਾਂ ਦੀ ਐਨ ਪੂਰੇ ਫਰਾਟੇ ਮਾਰਦੀ ਅਤੇ ਸਾਰਾ ਕੁਛ ਬੰਦ ਖੁੱਲ੍ਹਾ ਕੋਈ ਹੁਣ ਕੁਛ ਮਿਲ ਨਹੀਂ ਰਿਹਾ ਦੇਖਦੇ ਹੁਣ ਘਰ ਜਾ ਕੇ ਰੋਟੀ ਖਾਣ ਨੂੰ ਨਹੀਂ ਦਿਲ ਕਰਦਾ ਸ਼ੇਰਾਂ ਦਾ ਗੋਸ਼ਤ ਚਾਹੀਏ ਗੋਸ਼ਤ ਲਓ ਵੀ ਮਿੱਤਰੋ ਆਪਣੇ ਪੁਰਾਣੇ ਅੱਡੇ 'ਤੇ ਆ ਗਏ ਹਾਂ ਜਿੱਥੋਂ ਅਸੀਂ ਵਲੌਗ ਸਟਾਰਟ ਕਰਦੇ ਹੁੰਦੇ ਹਾਂ ਅਤੇ ਐਂਡ ਕਰਨ ਦਾ ਵੀ ਟਾਈਮ ਆ ਗਿਆ ਇਹਨੂੰ ਘੁਮਾ ਕੇ ਲੈ ਕੇ ਨਾਲ ਆਪਾਂ ਸਾਰੇ ਘੁੰਮੇ ਹਾਂ ਅਤੇ ਤੁਹਾਨੂੰ ਵੀ ਘੁਮਾਵਾਂਗੇ ਕੈਮਰਾ ਖੋਲ੍ਹ ਲੈਣਾ ਆਪਾਂ ਕੈਮਰਾ ਲੱਗਿਆ ਹੋਇਆ ਆਪਣਾ ਉਹਦੇ ਇਹ ਆਪਣਾ ਵਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਕਰ ਦਿਓ ਖਾਲੀ ਦੇਖ ਹੀ ਲਿਓ ਬਸ ਉਹੀ ਤੁਹਾਡਾ ਪਿਆਰ ਬਹੁਤ ਆ ਥੈਂਕ ਯੂ ਸੋ ਮਚ ਹੁਣ ਮਿਲਦੇ ਆਪਾਂ ਅਗਲੇ ਵਲੌਗ 'ਤੇ ਬਾਏ